ਪਰੇਸ਼ਾਨੀ ਵੀ ਗੰਦਗੀ ਬੜੀ ਆ, ਮੁਸ਼ਕਿਲ ਬੜੀ ਆ। ਜੇ ਇੱਥੇ ਲੋਕ ਆਖਦੇ ਕਰੋਨਾ ਕਰੋਨਾ ਆਉਂਦਾ, ਕਰੋਨਾ ਸਾਡੇ ਮਹੱਲੇ ਦਾ ਪਹਿਲਾਂ ਜਿਹਦਾ ਬਾਲ ਮਸਾਤ 'ਚ ਇਹ ਲਾਗੇ ਨਾਰੀਅਨ ਕੀਰਤਨ ਹੈ। ਉੱਥੇ ਦੇਖੋ ਕਿੰਨੀ ਸਵੇਰ ਹੈ, ਇਵੇਂ ਹੁੰਦੀ ਫੁੱਲ ਬਾਜ। ਇੱਥੇ ਕੋਈ ਅਫਸਰ ਵੀ ਨਹੀਂ ਆਉਂਦੇ ਨਾ, ਉੱਥੇ ਦੁਨੀਆ ਦਿਖਾਈ ਦਿੰਦੇ। ਜਿੰਨੇ ਵੀ ਲੀਡਰ ਆਉਂਦੇ ਨੇ ਛੜੇ ਵੋਟ ਲੈਣੇ ਆਉਂਦੇ ਨੇ, ਕੰਮ ਕਰਨੇ ਨਹੀਂ ਆਉਂਦੇ ਹਨ, ਵੋਟ ਦੇਣੇ ਆਉਂਦੇ ਨੇ। ਵੋਟ ਦਿਓ ਸਾਨੂੰ, ਅਸੀਂ ਤੁਹਾਡੇ ਬੰਦੇ ਹਾਂ। ਅਤੇ ਜਿਸ ਵੇਲੇ ਆਉਂਦੇ ਕੰਮ 'ਚ, ਉਸਦਾ ਕੰਮ ਕੋਈ ਨਹੀਂ ਕਰਦੇ ਹਨ। ਇਹ ਤਾਂ ਸਾਡੇ ਵਾਰਡ 'ਚ ਹਾਲਤ ਹੈ। ਮੌਕੇ ਦੀ ਪੋਜੀਸ਼ਨ ਦੇਖੀਏ ਜਨਾਬ ਨੇ, ਕਿੰਨੀ ਗੰਦਗੀ ਹੈ, ਬਹੁਤ ਗੰਦਗੀ। ਕਿਹਾ ਖਾਣਾ ਇੱਥੇ, ਬੱਚੇ ਸਾਰੇ ਬਿਮਾਰ ਹੋਈ ਹੈਗੇ ਨੇ, ਬਿਮਾਰ ਵੀ ਆ ਜਾਣ। ਗੰਦਗੀ ਜੋ ਇੰਨੀ ਆ ਰਹੀ ਹੱਦ ਕੋਲ ਜ਼ਿਆਦਾ। ਅਸੀਂ ਆਉਂਦੇ ਆ ਵੀ ਸ਼ੈਲ ਮਿਊਨਸੀਪਲ ਕੌਂਸਲ ਜਿਹੜੇ ਕੰਮ ਨੇ, ਜਿਹੜੇ ਸਹੀ ਤਰੀਕੇ ਕਰਨ ਜਾਣ, ਸ਼ੈਲ ਕੰਮ ਕਰਨ। ਡੀ ਸੀ ਸਾਹਿਬ ਮੌਕੇ ਦਾ ਮੌਕਾ ਦੇਖੀ ਲੈ, ਈ ਓ ਸਾਹਿਬ ਵੀ ਦੇਖੀ ਲੈ, ਉਹਨੇ ਵੀ ਪਤਾ ਲੱਗਿਆ ਵੀ ਯਾਰ ਕੈਸੀ ਕੈਸੀ ਗੰਦਗੀ ਪਾਈ ਹੋਣੀ ਮਹੱਲੇ 'ਚ। ਮਹਾਰਾਜ ਬਿਲਕੁਲ ਖਰਾਬ ਹੈ, ਜਿੰਨੀ ਜਿੰਨੀ ਸਾਡੀ ਗਲੀਆਂ ਹੈ ਨਾ, ਗਲੀਆਂ ਸਭ ਖਰਾਬ ਨਾ ਹੋਵਾਂ, ਬਿਮਾਰ ਹੋਈ ਜਾ ਰਹੇ। ਵੀ ਆਖਦੇ ਅਸੀਂ ਬੇੜੀ ਪੜਾਓ, ਇਹ ਕਰੋ, ਵੋ ਕਰੋ, ਇਹ ਕੁਛ ਕਰੋ, ਜਿਹੜਾ ਕੰਮ ਕਰਨ ਵਾਲੇ ਉਹ ਕਰਾਉਂਦੇ ਨਹੀਂ ਹਨ। ਇਹ ਹੈ ਕਿ ਮੈਂ ਪ੍ਰਸ਼ਾਸਨ ਦੇ ਆ ਗਿਆ, ਮੈਂ ਵਾਰਡ ਨੰਬਰ 7 ਦੀ ਵਿਦਿਆ ਦੇਵੀ ਰਹਿਣ ਵਾਲੀ ਹਾਂ, ਔਰ ਮੇਰੇ ਘਰ ਦੀ ਵੀ, ਔਰ ਜਿੰਨਾ ਵੀ ਗਲੀ ਆ ਉਹਦੀ ਵੀ ਤੁਸੀਂ ਕੰਡੀਸ਼ਨ ਦੇਖੀ ਲਈ ਆ ਅਤੇ ਕੀ ਹਾਲਤ ਹੈ। ਆਪੋ ਅਸਾਂ ਕਈਆਂ ਗੈਂਤੀਆਂ ਪਗੜੀ ਕੁ ਅਤੇ ਇਹ ਨਾਲ ਹੀ ਅੱਜ ਬੱਚੇ ਮੈਂ ਪੂਰੇ ਬੱਚੇ ਦੁਕਾਨਾਂ ਪਰ ਨਹੀਂ ਜਾਣ ਦਿੱਤੇ, ਅੱਜ ਬੱਚੇ ਮੈਂ ਦਿਹਾੜੀ ਪਰ ਨਹੀਂ ਜਾਣ ਦਿੱਤੇ। ਅਤੇ ਬੱਚਿਓ ਬਚਣਾ ਤਾਂ ਇਸੀ ਸਾਫ਼ ਕਰੋ ਤਾਂ ਕਿ ਮੇਰੇ ਬੱਚੇ ਮੇਰੇ ਅੱਖਾਂ ਲੱਗੀ ਜਾਣ, ਔਰ ਬੱਚੇ ਸਾਰੇ ਜਿੰਨੇ ਵੀ ਹਨ ਸਾਰੇ ਕੰਮ ਕਰਾ ਲੈਣ, ਔਰ ਤੁਸੀਂ ਖੁਦ ਦੇਖੀ ਕਿ ਚਲਿਓ। ਤੁਸੀਂ ਮੀਡੀਆ ਇਸ ਗੱਲ ਦਾ ਪੂਰਾ ਗਵਾਹ ਹੈ ਕਿ ਵਾਕਿਆ ਗਲਤ ਹੈ ਜਾਂ ਝੂਠ ਹੈ। ਅਸੀਂ ਮੈਂ ਪ੍ਰਸ਼ਾਸਨ ਦੇ ਅੱਗੇ, ਉਹਦੇ ਅੱਗੇ ਡੀ ਸੀ ਸਾਹਿਬ ਦੇ ਅੱਗੇ ਇਹ ਗੱਲ ਕਰਨੀ ਹੈ, ਰਿਕੁਐਸਟ ਕਰਨੀ ਹੈ ਕਿ ਮਹਾਰਾਜ 2 ਮਿੰਟ ਦੇ ਵਾਸਤੇ ਬੜੀ ਬੜੀ ਤੁਹਾਡਾ ਸ਼ੁਕਰੀਆ ਕਿ ਅਗਰ ਇਹਨਾਂ ਗਲੀਆਂ 'ਚ 2 ਮਿੰਟ ਵਾਸਤੇ ਚੱਕਰ ਲਗਾਈ ਕੇ ਜਾਓ ਕਿ ਵਾਕਿਆ ਇਹ ਦੁਨੀਆ ਕਿਵੇਂ ਰਹਿ ਰਹੀ ਹੈ, ਔਰ ਇਹ ਮਹੱਲੇ ਕਿਵੇਂ ਜੀਆ ਦੇ ਨੇ, ਕਿਹੜੇ ਬੇਸਕਣ ਹੈ। ਉਹ ਬੱਚੇ ਲਾਸ਼ ਸਾਰੀ ਡੈਥ ਹੋਈ ਹੈ, ਡੈਥ ਹੋਣੇ ਦੇ ਕਾਰਨ ਲਾਸ਼ ਜਿਹੜੀ ਸੀ ਕਿ ਟਪਾਈ ਨਹੀਂ ਸਕੇ, ਫਿਰ ਜਾਗਤਾਂ ਨਾਲ ਬੈਠੀ ਬੈਠੀ ਲਾਸ਼ ਟਪਾਈ। ਇਤਨੀ ਸਾਰੇ ਕੰਨੇ ਅੰਧੇਰ ਗਰਦੀ ਆ। ਅੱਜ ਦੇਖੋ ਜਿਹੜੀ ਡਿਵੈਲਪਮੈਂਟ ਕੀਤੀ ਆ ਮੋਦੀ ਸਾਹਿਬ ਨੇ, ਸਾਨੂੰ ਤਾਂ ਕੋਈ ਲੱਭੀ ਨਹੀਂ, ਅਸਾਂ ਤਾਂ ਕੋਈ ਦੇਖੀ ਨਹੀਂ, ਕੋਈ ਵਿਕਾਸ ਨਹੀਂ ਦੇਖਿਆ ਜਾਂਦਾ, ਕੋਈ ਕੁਛ ਨਹੀਂ ਦੇਖਿਆ, ਔਰ ਨਾ ਹੀ ਆਉਣਾ, ਨਾ ਨਾ ਕਰਨਾ। ਅੱਜ ਸਾਰੇ ਕੰਨਾ ਜਿਹੜਾ 3 ਸਾਲ ਦਾ ਨਾਲਾ ਬਣਿਆ ਰਹਾ, ਉਹ ਨਾ ਪੁੱਟੀ ਖੁਆੜੀ ਕੁ ਵੱਖਰਾ ਕਰੀ ਤਾ। ਸਾਰੀ ਗਲੀ ਅੱਜ 3 ਮਹੀਨੇ ਹੋਈ ਹੈ ਨਾ ਅਸਾਂ ਖੱਜਲ ਹੁੰਦੇ ਹਾਂ, ਔਰ ਤੁਸੀਂ ਦੇਖੀ ਚਲਿਓ ਜੋ ਸਾਡੀ ਹਾਲਤ ਹੈ। ਹੇ ਭਗਵਾਨ, ਅਸੀਂ ਰੋਟੀ ਵੀ ਨਹੀਂ ਖਾਈ ਸਕਦੇ, ਇਤਨੀ ਬਦਬੂ ਹੈ। ਕਿਆ ਅਸੀਂ ਇਤਨੇ ਉਹ ਰਹਿਣੇ ਵਾਲੇ, ਦੇਖੋ ਨਾਲੀਆਂ ਸਾਫ਼ ਕਰਾਈਆਂ, ਆਖਿਰਕਾਰ ਅਸੀਂ
ਨਾਲੀਆਂ ਅਸੀਂ ਇੱਕ ਰੋਟੀ ਬਣਾਉਣ ਵਾਲੀਆਂ ਸੀਗੀਆਂ ਚੌਂਕੇ ਦੀਆਂ ਉਹ ਸੀਗੀਆਂ, ਲੇਕਿਨ ਅੱਜ ਅਸੀਂ ਆਪੋ ਨਾਲ ਕਈਆਂ ਜਾਂਦੀਆਂ ਫਗੜੀ ਕੁ ਬੱਚਿਆਂ ਕਈਆਂ ਜਾਂਦੀਆਂ ਫਗੜੀ ਕੁ ਅਸੀਂ ਇਹ ਨਾਲੀਆਂ ਸਾਫ਼ ਕਰਾਉਂਦੇ ਹਾਂ ਕਿ ਤਾਂ ਕਿ ਥੋੜ੍ਹਾ ਮਾਤਾ ਗੰਦ ਜਿਹੜਾ ਕਿ ਥੋੜ੍ਹਾ ਨਿਕਲੀ ਆ, ਲੇਕਿਨ ਨਿਕਲਣ ਦੇ ਬਜਾਅ ਇਹ ਕੰਮ ਹੈ ਮਜ਼ਦੂਰਾਂ ਦਾ, ਇਹ ਕੰਮ ਹੈ ਸਰਕਾਰ ਦਾ, ਇਹ ਕੰਮ ਹੈ ਜਿਹੜਾ ਸਾਡੀ ਪ੍ਰਸ਼ਾਸਨ ਹੈ ਇਸ ਵੇਲੇ ਉਹਦਾ, ਲੇਕਿਨ ਅਸੀਂ ਆਪੋ ਕੀਤਾ, ਆਪੋ ਕਰੀ ਕਿ ਸਾਨੂੰ ਕੀ ਫਾਇਦਾ ਹੋਇਆ, ਅੱਜ ਕੀ ਹੈ ਸਾਡੇ ਕੋਲ ਬੀਤਾ, ਜੋ ਕੁਛ ਹੋਇਆ ਇੱਕ ਪਾਸੇ ਗਲਾਉਂਦੇ ਬੇਟੀ ਪੜ੍ਹਾਓ ਬੇਟੀ ਜੀ ਇਹ ਇੱਜ਼ਤ ਦਿਓ, ਬੇਟੀ ਇੱਜ਼ਤ ਹੈ, ਉਹ ਬੇਟੀ ਇੱਜ਼ਤ ਹੈ ਕਈਆਂ ਜਾਂਦੀਆਂ ਫਗੜੇ ਦੀ, ਨਾਲੀਆਂ 'ਚ ਬੇਟੀ ਦੀ ਇੱਜ਼ਤ ਹੈ, ਜੇ ਬੱਚਿਆਂ ਦੀ ਇੱਜ਼ਤ ਹੈ, ਬਹੂਆਂ ਦੀ ਇੱਜ਼ਤ ਹੈ, ਇਹ ਇਹ ਹੈ, ਲੇਕਿਨ ਇਹ ਅਸਾਂ ਬਰਦਾਸ਼ਤ ਨਹੀਂ ਕਰਨੀ ਔਰ ਨਹੀਂ ਹੋਣੀ। ਅੱਜ ਕੱਲ੍ਹ ਅੱਜ ਤਾਂ ਚਲੋ ਟਾਈਮ ਨਿਕਲੀ ਆ, ਲੇਕਿਨ ਕੱਲ੍ਹ ਅਗਰ ਕੰਮ ਨਹੀਂ ਲੱਗਾ, ਕੰਮ ਨਹੀਂ ਆਇਆ ਤਾਂ ਪਰਸੋਂ ਅਸਾਂ ਕੱਲ੍ਹ ਅਸਾਂ ਸ਼ਾਮੀ ਸੜਕਾਂ ਪਰ ਦੇ ਜਾਣਾ, ਦੇਖਣੇ ਆ ਕਿਹੜੀ ਪੁਲਿਸ ਸਾਨੂੰ ਮਾਰਦੀ ਆ ਅਤੇ ਕਿਹੜੀ ਪੁਲਿਸ ਸਾਨੂੰ ਕੱਢਦੀ ਆ। ਕੇਸ਼ ਕੁਮਾਰ ਹੈ, ਮੈਂ ਵਾਰਡ ਨੰਬਰ 7 ਦਾ ਰਹਿਣ ਵਾਲਾ ਹਾਂ। ਸਾਨੂੰ ਪਰੇਸ਼ਾਨੀ ਇਹ ਹੈ, ਇਸ ਨਾਲੇ ਦੀ ਪਰੇਸ਼ਾਨੀ ਹੈ ਜ਼ਿਆਦਾ, ਨਾਲੇ ਦੀ ਪਰੇਸ਼ਾਨੀ ਕਿ ਜਿਹੜਾ ਪਹਿਲਾਂ ਨਾਲਾ ਬਣਿਆ ਹੈ ਇਸ ਨਾਲੇ ਦੀ ਸਹੀ ਜਿਹੜੀ ਨਾ ਢਾਲ ਨਹੀਂ ਨਿਕਲੀ, ਢਾਲ ਨਹੀਂ ਨਿਕਲਣ ਨਾਲ ਕੀ ਹੋਇਆ ਕਿ ਇਸ ਪਾਣੀ ਜਿਹੜਾ ਨਹੀਂ ਜਾਂਦਾ ਬਾਹਰ, ਜਿਹੜਾ ਬਾਹਰਲਾ ਨਾਲਾ ਆ ਉਹ ਸਾਰਾ ਉੱਚਾ ਆ, ਉਸ ਉੱਚੇ ਦੀ ਵਜ੍ਹਾ ਕਰਨਾ ਇਹ ਨਾਲਾ ਨੀਠਾ ਆ, ਇਸ ਨਾਲੇ ਦੀ ਢਾਲ ਨਹੀਂ ਨਿਕਲੀ, ਢਾਲ ਨਹੀਂ ਨਿਕਲਣੇ ਕਰਨਾ ਕੀ ਹੋਇਆ ਕਿ ਸਾਡਾ ਪਾਣੀ ਜਿਹੜਾ ਰਿਵਰਸ ਆਉਂਦਾ ਹੈ, ਸਾਨੂੰ ਮਜਬੂਰ ਹੋਈਏ ਲੱਗਣਾ ਪਿਆ, ਸਾਡੇ ਮੁੰਡੇ ਲੱਗੇ, ਮੈਂ ਵੀ ਹੁਣ ਕੱਪੜੇ ਖੋਲੀਏ ਮਤਲਬ ਆਪਣੇ ਪੁਰਾਣੇ ਕੱਪੜੇ ਪਾਈਏ ਤਾਂ ਮੈਂ ਲੱਗਣ ਲੱਗਾ, ਪਰ ਮੈਂ ਬੱਚੇ ਲੈਣ ਜਾਣਾ ਹਾਂ ਸਕੂਲ, ਮੈਂ ਆਖਿਆ ਮੈਂ ਪਹਿਲਾਂ ਮੈਂ ਬੱਚੇ ਲਈ ਜਾਣਾ ਫਿਰ ਉਹਦੇ ਬਾਅਦ ਮੈਂ ਲੈਣਾ ਲੱਗਣਾ। ਹਾਂ ਮਹਿਲਾ ਵੀ ਲੱਗੀ ਦੀਆਂ, ਸਾਡੀਆਂ ਮਾਤਾ ਭੈਣਾਂ ਸਭ ਲੱਗੀ ਦੀ, ਮਤਲਬ ਇਹ ਹੈ ਕਿ ਕਮ ਸੇ ਕਮ ਇੱਕ ਵਾਰੀ ਆਈਏ ਨਜ਼ਰ ਜ਼ਰੂਰ ਮਾਰਨ ਚਾਹੀਦੀ ਸਾਡੀ ਵਾਰਡ ਨੰਬਰ 7 ਦੀ ਗਲੀ 'ਚ। ਮੈਂ ਗੁਰਮੀਤ ਸਿੰਘ, ਵਾਰਡ ਨੰਬਰ 7 ਦਾ ਨਿਵਾਸੀ, ਸਾਰਿਆਂ ਨਾਲੋਂ ਪਹਿਲੇ ਤਾਂ ਮੈਂ ਇਹ ਆਖਣਾ ਚਾਹੁੰਦਾ ਕਿ ਇਹ ਸ਼ਹਿਰ ਨਹੀਂ ਲੱਗਾ ਦਾ, ਇਹ ਲੱਗਾ ਦਾ ਕੋਈ ਪਿਛੜਾ ਪਿੰਡ, ਅਤੇ ਅਸੀਂ DC ਸਾਹਿਬ ਅੱਗੇ ਗੁਜ਼ਾਰਿਸ਼ ਕਰਦੇ ਹਾਂ ਕਿ ਇਹਦਾ ਸੰਗਿਆਨ ਲਿੱਤਾ ਜਾਏ, ਦੇਖਿਆ ਜਾਏ ਸ਼ਹਿਰ ਦੇ ਵਿੱਚੋਂ ਵਿੱਚੇ ਇੰਨੇ ਵੱਡੇ ਇੱਥੇ 2 ਡਿਪਾਰਟਮੈਂਟ ਨੇ, ਨਾਰੀ ਨਿਕੇਤਨ DC ਸਾਹਿਬ ਵੀ ਆਉਂਦੇ, ਪਿਛਲੇ ਵਾਰੀ ਕੋਰਟ ਦੇ ਚੀਫ ਜਸਟਿਸ ਸਾਹਿਬ ਵੀ ਆਏ ਦੇ, ਉਹਨੇ ਵੀ ਦੌਰਾ ਕੀਤਾ, ਇਹ ਹਾਲਤ ਹੈ ਸ਼ਹਿਰ ਦੀ ਕਿ ਇੱਥੇ ਇਨਸਾਨ ਸਰ ਜਨ ਤੁਹਾਡੇ ਸਾਹਮਣੇ ਹੀ ਹੈ, ਇੱਥੇ ਇੰਨੀ ਗੰਦਗੀ ਹੈ, ਲੰਘਣਾ ਮੁਸ਼ਕਿਲ ਹੈ, ਇਹਦੇ ਵਿਚਾਰੇ ਕਈਆਂ ਰੋਆ ਦੇ, ਇੱਕ ਗਲੀ ਬਣੀ ਦੀ ਹੋ ਵੀ ਪੁੱਟੀ ਉੜੀ, ਉਹ ਪੁੱਟੀ ਕਿਉਂ ਵੀ ਸਮਝ ਨਹੀਂ ਆਈ, 1.5 ਸਾਲ ਪਹਿਲੇ ਉਹਦਾ ਟੈਂਡਰ ਹੋਇਆ, ਉਹ ਅਗਰ 1.5 ਸਾਲ ਪਹਿਲੇ ਬਣੀ ਸੀ ਤੁਸੀਂ ਪੁੱਟਣੇ ਦੀ ਜ਼ਰੂਰਤ ਕੀ ਸੀ, ਜੇ ਉਹਦੀ ਸਫਾਈ ਕਰਨੀ ਸੀ ਤਾਂ ਤੁਸੀਂ ਗਟਰ ਕੀ ਖੋਦੀ ਹੈ, ਢੱਕਣ ਚੁੱਕਦੇ ਉਹਦੀ ਸਫਾਈ ਕਰੀ ਦਿੰਦੇ ਪੋਜ਼ਿਟਿਵ ਵੇ ਨਾਲ ਤਰੀਕੇ ਨਾਲ, ਇਹਨੇ ਢੱਕਣ ਪੁੱਟੀਏ ਅੱਧੇ ਛੱਡੀਏ ਚਲੀ ਜਾਣ, ਕਿਆ ਇਹ ਇਨਸਾਨ ਨਹੀਂ ਹਨ ਇੱਥੇ ਰਹਿਣਾ, ਇੱਥੇ ਰਹਿ ਸਕਦੇ, ਬਿਮਾਰੀ ਲੱਗੀ ਨਹੀਂ ਨਹੀਂ, ਅਗਰ ਕੋਈ ਬਿਮਾਰ ਹੋਈ ਹੈ ਤਾਂ ਜ਼ਿੰਮੇਵਾਰ ਕੌਣ ਹੈ। ਸ਼ਰਮ ਦੀ ਗੱਲ ਹੈ ਸਰ, ਪ੍ਰਧਾਨ ਮੰਤਰੀ ਸਰ ਮੋਦੀ ਸਾਹਿਬ ਹੋਰ ਆਏ ਦੇ, ਅੱਛਾ ਕੰਮ ਕਰਾ ਦੇਣ, ਉਹਨੇ ਮਾਤਰ ਸ਼ਕਤੀ ਦੀ ਤਾਰੀਫ ਕੀਤੀ ਕਿ ਮਾਤਰ ਸ਼ਕਤੀ ਚੁੱਕਣ ਵਾਸਤੇ ਪ੍ਰਯਾਸ ਕਰਾ ਦੇਣ ਕਿ ਮਾਤਰ ਸ਼ਕਤੀ ਆਤਮ ਨਿਰਭਰ ਹੋਏ, ਬਟ ਇਹ ਕੀ ਹੈ ਸਰ, ਇਹ ਵੀ ਤਾਂ ਮਾਤਰ ਸ਼ਕਤੀਆਂ ਨਾ, ਇਸ ਕਰੀ ਅਪੀਲ ਹੈ ਜਿਹੜੇ BJP ਦੇ ਅਹੁਦੇਦਾਰ ਨਾ ਵੱਡੇ, ਜਿਹੜੇ ਸਾਰੇ ਅਹੁਦੇਦਾਰ ਬਣੇ ਨੇ, ਕਿ ਥੱਲੇ ਉਤਰੋ ਜ਼ਮੀਨ 'ਚ ਕਰੋ ਸਰ ਕੁਛ, ਅਸੀਂ ਨਹੀਂ ਆਖਦੇ ਨਹੀਂ ਕਰੋ, ਸਾਰੇ ਕਰਾ ਦਿਓ, ਤੁਹਾਡੇ ਕੋਈ 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 ਮੈਂਬਰ ਬਣੇ ਦਾ, ਕੋਈ ਪ੍ਰਧਾਨ ਬਣੇ ਦਾ, ਕੋਈ ਫਲਾਣੇ ਸੈੱਲ ਦਾ ਬਣੇ ਦਾ, ਪਰ ਇੱਥੇ ਕੀ ਹੈ ਜ਼ਮੀਨ ਉੱਪਰ ਕੁਛ ਨਹੀਂ ਹੋਇਆ ਸਰ। ਪਿੰਛਣਾਂ ਦੀ ਵੀ ਲੋਕੀ ਇੰਨੀ ਪਰੇਸ਼ਾਨੀ ਆ ਦੀ, ਪਿੰਛਣਾਂ ਵੀ ਬੰਦ ਕਰੀ ਉੜਦੇ, ਉਹ ਵਿਚਾਰੇ ਲੋਕ ਦੌੜੇ ਰਹਿੰਦੇ, ਉਹਨੇ ਬੰਦੇ 2 ਲੋਕ ਮੇਰੇ ਕੋਲ ਆਉਂਦੇ ਨੇ, ਪਰ ਅਸੀਂ ਇੱਕ ਆਮ ਇਨਸਾਨ ਆ, ਅਸੀਂ ਕੀ ਕਰ ਸਕਦੇ, DC ਸਾਹਿਬ ਅੱਗੇ ਗੁਜ਼ਾਰਿਸ਼ ਕਰਦੇ ਹਾਂ ਕਿ ਆਪਣੇ ਤਰੀਕੇ ਨਾਲ ਅਸੀਂ ਸੰਗਿਆਨ 'ਚ ਲੈਣ, ਇਹਦੇ ਪਰ ਕਾਰਵਾਈ ਕਰਨ।